ਸੋ ਅੱਜ ਦੀ ਵੀਡੀਓ ਹੋਣ ਵਾਲੀ ਸਾਰੇ ਯੰਗ ਡਰਾਈਵਰਸ ਦੇ ਲਈ ਜਿਹੜੇ ਕਿ ਛੇਤੀ ਆਪਣੀ ਫਸਟ ਗੱਡੀ ਖਰੀਦਣ ਦਾ ਪਲਾਨ ਕਰ ਰਹੇ ਆ ਨੈਟ ਸਮ ਪੁਆਇੰਟ ਆਈ ਵਾਸ ਆਲਸੋ ਅ ਯੰਗ ਡਰਾਈਵਰ ਆਈ ਮੀਨ ਆਮ ਸਟਿਲ ਅ ਯੰਗ ਡਰਾਈਵਰ ਕਿਉਂਕਿ ਆਮ ਅੰਡਰ 25 ਸੋ ਐਨੀਬਡੀ ਅੰਡਰ 25 ਇਜ਼ ਅ ਯੰਗ ਡਰਾਈਵਰ ਅਤੇ ਮੈਂ ਵੀ ਕਿਸੇ ਟਾਈਮ 'ਤੇ ਆਪਣੀ ਪਹਿਲੀ ਗੱਡੀ ਖਰੀਦ ਕੇ ਲੈ ਕੇ ਆਉਂਦੀ ਸੀਗੀ ਐਂਡ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਨਹੀਂ ਪਤਾ ਸੀਗਾ ਇੰਕਲੂਡਿੰਗ ਇੰਸ਼ੋਰੈਂਸ ਐਂਡ ਵਹੀਕਲਸ ਇਟਸੈਲਫ ਸੋ ਮੈਨੂੰ ਜ਼ਿਆਦਾ ਆਈਡੀਆ ਨਹੀਂ ਸੀਗਾ ਐਂਡ ਮੇਰਾ ਐਕਸਪੀਰੀਅੰਸ ਇੰਸ਼ੋਰੈਂਸ ਦੇ ਨਾਲ ਇੰਨਾ ਵਧੀਆ ਨਹੀਂ ਰਿਹਾ ਸੀ ਜਦੋਂ ਮੈਂ ਨਵੀਂ ਨਵੀਂ ਗੱਡੀ ਕਢਾ ਕੇ ਲੈ ਕੇ ਆਉਂਦੀ ਸੀਗੀ ਐਂਡ ਉਸ ਚੀਜ਼ ਬਾਰੇ ਮੈਂ ਕਦੇ ਗੱਲ ਨਹੀਂ ਕੀਤੀ ਕਿਸੇ ਵੀਡੀਓ ਦੇ ਵਿੱਚ ਸੋ ਆਈ ਥੋਟ ਵਾਈ ਨੋਟ ਹੈ ਨਾ ਕਿਉਂਕਿ ਉਹ ਚੀਜ਼ ਜਾਣਨੀ ਜ਼ਰੂਰੀ ਹੈ ਨਾ ਤਾਂ ਤੁਹਾਨੂੰ ਵੀ ਮਹਿੰਗਾ ਚੁਗਣਾ ਲੱਗ ਸਕਦਾ ਜਿਹੜਾ ਕਿ ਮੈਨੂੰ ਲੱਗਿਆ ਸੀਗਾ ਸੋ ਮੈਂ ਇਸ ਵੀਡੀਓ ਵਿੱਚ ਉਹਦੇ ਬਾਰੇ ਹੀ ਗੱਲ ਕਰੂੰਗਾ ਐਂਡ ਅਗਰ ਤੁਸੀਂ ਐਕਸਪੀਰੀਅੰਸ ਜਾਣਨਾ ਚਾਹੁੰਦੇ ਹੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਓਕੇ ਸੋ ਆਈ ਰਿਮੈਂਬਰ ਕਿ ਮੈਂ ਗੱਡੀ ਜਦੋਂ ਖਰੀਦਣੀ ਸੀਗੀ ਉਦੋਂ ਮੈਂ ਗੱਡੀ ਦੇਖਣੀਆਂ ਸ਼ੁਰੂ ਕੀਤੀਆਂ ਐਂਡ ਮੈਂ ਆਪਣੇ ਯਾਰ ਦੋਸਤਾਂ ਦੇ ਨਾਲ ਜਾ ਕੇ ਗੱਡੀ ਗੁੱਡੀ ਦੇਖੀ ਪਸੰਦ ਕੀਤੀ ਐਂਡ ਉਸ ਨੂੰ ਮੈਨੂੰ ਨਹੀਂ ਪਤਾ ਸੀਗਾ ਕਿ ਇੱਥੇ ਇੱਦਾਂ ਹੁੰਦਾ ਮਤਲਬ ਸ਼ਾਇਦ ਇੰਡੀਆ 'ਚ ਵੀ ਇੱਦਾਂ ਹੁੰਦਾ ਵੀ ਕਿ ਗੱਡੀ ਖਰੀਦਣੀ ਹੈ ਨਾ ਤੁਸੀਂ ਸ਼ੋਰੂਮ ਤੋਂ ਬਾਹਰ ਨਿਕਲਦੇ ਗੱਡੀ ਦੀ ਇੰਸ਼ੋਰੈਂਸ ਪਹਿਲਾਂ ਹੀ ਤੁਹਾਡੇ ਕੋਲ ਹੋਣੀ ਚਾਹੀਦੀ ਯਾਨੀ ਕਿ ਤੁਸੀਂ ਗੱਡੀ ਇੱਕ ਵਾਰੀ ਸਿਲੈਕਟ ਕਰ ਲਈ ਅਤੇ ਤੁਸੀਂ ਬੁੱਕ ਕਰ ਲਈ ਕਿ ਮੈਂ ਗੱਡੀ ਚੱਕਣੀ ਇਸ ਦਿਨ ਨੂੰ ਅਤੇ ਉਸੇ ਦਿਨ ਤੋਂ ਇੰਸ਼ੋਰੈਂਸ ਉਹਦੀ ਸ਼ੁਰੂ ਹੋਣੀ ਚਾਹੀਦੀ ਯਾਨੀ ਇੰਸ਼ੋਰੈਂਸ ਵਾਲਾ ਕੰਮ ਪਹਿਲਾਂ ਡਨ ਹੋਣਾ ਚਾਹੀਦਾ ਸੋ ਸਿੰਸ ਆਈ ਵਾਸ ਵੈਰੀ ਯੰਗ ਕਾਲਜ ਕੰਪਲੀਟ ਹੀ ਕੀਤਾ ਸੀਗਾ ਕੋਈ ਜ਼ਿਆਦਾ ਕਨੈਕਸ਼ਨਸ ਨਹੀਂ ਸੀਗੇ ਐਂਡ ਗੱਡੀ ਇੰਸ਼ੋਰੈਂਸ ਬਾਰੇ ਤਾਂ ਬਿਲਕੁਲ ਨਹੀਂ ਪਤਾ ਸੀਗਾ ਸੋ ਜਿਹੜੇ ਮੈਂ ਡੀਲਰ ਤੋਂ ਗੱਡੀ ਚੱਕ ਰਹੇ ਸੀ ਉਹਨੇ ਮੈਨੂੰ ਇੱਕ ਇੰਸ਼ੋਰੈਂਸ ਏਜੰਟ ਦਾ ਨੰਬਰ ਦਿੱਤਾ ਉਹਦਾ ਨੰਬਰ ਮਿਲਿਆ ਮੈਨੂੰ ਸੋ ਕਾਫੀ ਨਾਮੀ ਕੰਪਨੀਆਂ ਤੁਹਾਨੂੰ ਪਤਾ ਹੋਊਗਾ ਅਤੇ ਮੈਂ ਉਹਨਾਂ ਗੱਲ ਕੀਤੀ ਐਂਡ ਉਹਨੇ ਮੈਨੂੰ ਇੰਸ਼ੋਰੈਂਸ ਕੋਡ ਦਿੱਤਾ ਵਧੀਆ 400 ਕੁਛ ਤਾਂ ਉਹਨੇ ਮੈਨੂੰ ਇੰਸ਼ੋਰੈਂਸ ਕੋਡ ਦਿੱਤਾ ਕੰਸੀਡਰਿੰਗ ਮਾਈ ਏਜ ਵਾਸ 19 ਐਂਡ ਆਈ ਵਾਸ ਬਾਇੰਗ ਮਾਈ ਵੈਰੀ ਫਸਟ ਵਹੀਕਲ ਵਿਦ ਨੋ ਕੈਨੇਡੀਅਨ ਔਰ ਐਨੀ ਡਰਾਈਵਿੰਗ ਐਕਸਪੀਰੀਅੰਸ ਸੋ ਮੈਨੂੰ ਲੱਗਿਆ ਕਿ ਯਾਰ ਬਹੁਤ ਵਧੀਆ ਇੰਸ਼ੋਰੈਂਸ ਕੋਡ ਮਿਲ ਗਿਆ ਆਪਣੇ ਨੂੰ ਅਤੇ ਡੀਲਰ ਮੈਨੂੰ ਕਹਿੰਦਾ ਵਧੀਆ ਮਿਲ ਗਿਆ ਤੁਹਾਨੂੰ ਮੈਂ ਠੀਕ ਹੈ ਜੀ ਥੈਂਕ ਯੂ ਮੈਂ ਗੱਡੀ ਲੈ ਕੇ ਆਉਂਦੀ ਦੋ ਤਿੰਨ ਦਿਨ ਹੋਏ ਸੀਗੇ ਮੈਨੂੰ ਉਸ ਇੰਸ਼ੋਰੈਂਸ ਏਜੰਟ ਦਾ ਆ ਗਿਆ ਫੋਨ ਕਹਿੰਦੇ ਜੀ ਕਿ ਤੁਹਾਡੀ ਇੰਸ਼ੋਰੈਂਸ ਦੇ ਪੋਲਿਸੀ ਵਿੱਚ ਥੋੜ੍ਹਾ ਜਿਹਾ ਚੇਂਜ ਆ ਮੈਂ ਕਿਹਾ ਦੋ ਤਿੰਨ ਦਿਨ ਪਹਿਲਾਂ ਤਾਂ ਲੈ ਕੇ ਆਉਂਦੀ ਹੁਣ ਕਿਹੜਾ ਚੇਂਜ ਹੋ ਗਿਆ ਮੇਰਾ ਕਿਹੜਾ ਕੋਈ ਜਨਮ ਦਿਨ ਲੰਘ ਗਿਆ ਮੇਰੀ ਏਜ ਵੱਧ ਗਈ ਜਾਂ ਕੁਛ ਹੋ ਗਿਆ ਨਾ ਨਥਿੰਗ ਚੇਂਜ ਕਹਿੰਦੇ ਕਿ ਜਿਹੜੀ ਤੁਸੀਂ ਸਾਨੂੰ ਇਨਫੋਰਮੇਸ਼ਨ ਭੇਜੀ ਸੀਗੀ ਆਪਾਂ ਤੁਹਾਨੂੰ ਕੋਡ ਦਿੱਤਾ ਸੀਗਾ 30 ਦੀ ਏਜ ਦਾ ਐਂਡ ਜਿਹੜਾ ਤੁਹਾਡੀ ਏਜ ਆ ਉਹ 19 ਆ ਸੋ ਮੈਂ ਕਿਹਾ ਮੈਂ ਤਾਂ ਤੁਹਾਨੂੰ ਕਦੇ ਦੱਸਿਆ ਨਹੀਂ ਮੇਰੀ ਏਜ ਕਿੰਨੀ ਹੈ ਮੈਂ ਤਾਂ ਤੁਹਾਨੂੰ ਆਪਣਾ ਡਰਾਈਵਰ ਲਾਇਸੈਂਸ ਦੀ ਫੋਟੋ ਭੇਜੀ ਤਾਂ ਵੈਰੀਫਾਈ ਕਰਨਾ ਤੁਹਾਡਾ ਕੰਮ ਬਣਦਾ ਨਾ ਇੰਸ਼ੋਰੈਂਸ ਪੋਲਿਸੀ ਤੁਸੀਂ ਦਿੱਤੀ ਆ ਮੈਂ ਕੋਈ ਜ਼ਬਰਦਸਤੀ ਥੋੜ੍ਹੀ ਲੈ ਕੇ ਆਇਆ ਕਹਿੰਦਾ ਕਿ ਨਹੀਂ ਜੀ ਇੰਸ਼ੋਰੈਂਸ ਦੀ ਪੋਲਿਸੀ ਤਾਂ ਹੁਣੇ ਚੇਂਜ ਆ ਗਿਆ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਹੁਣ ਹੋ ਜਾਣੀ ਹੈ $400 ਦੀ ਜਗ੍ਹਾ $600-$700 ਮੰਥਲੀ ਸੋ ਉਹ ਸੁਣਦੇ ਮੇਰੇ ਮੈਂ 2-3 ਸੈਕਿੰਡ ਦਾ ਤਾਂ ਲੈ ਲਿਆ ਪੌਜ ਕਿਉਂਕਿ ਆਈ ਰਿਮੈਂਬਰ ਬੈਕ ਦੈਨ ਆਈ ਵਾਸ ਡੂਇੰਗ ਅ ਸਿਕਿਉਰਿਟੀ ਦੀ ਜੋਬ ਫੁੱਲ ਟਾਈਮ ਐਂਡ ਉੱਥੇ ਤੁਸੀਂ ਆਫਟਰ ਟੈਕਸਿਸ $2,000 ਕਮਾਉਂਦੇ ਹੋ ਇਫ ਯੂ ਵਰਕ 40 ਆਵਰਸ ਐਂਡ ਨੋਟ ਮੋਰ ਦੈਨ 40 ਆਵਰਸ ਯਾਨੀ ਫੁੱਲ ਟਾਈਮ ਮੈਂ ਕਿਹਾ 600 ਤੋਂ 700 ਅਗਰ ਮੇਰੇ ਇੱਥੇ ਚਲ ਗਿਆ ਤਾਂ ਮੈਂ ਕਿੱਥੋਂ ਰੋਟੀ ਖਾਊਂਗਾ ਮੈਂ ਕਿਹਾ ਦੈਟ ਇਜ਼ ਨੋਟ ਗੋਇੰਗ ਟੂ ਵਰਕ ਫੋਰ ਮੀ ਤੁਸੀਂ ਕੈਂਸਲ ਕਰ ਦਿਉ ਮੈਂ ਕਿਤੇ ਹੋਰ ਲੱਭ ਲੂੰਗਾ ਕਹਿੰਦਾ ਉਹਦੇ ਵਿੱਚ ਵੀ ਇੱਕ ਪ੍ਰੋਬਲਮ ਆ ਜੇ ਆਪਾਂ ਕੈਂਸਲ ਕਰਾਂਗੇ ਸਿੰਸ ਤੁਸੀਂ ਹਲੇ ਪੋਲਿਸੀ ਸ਼ੁਰੂ ਕੀਤੀ ਸੀ 2-3 ਦਿਨ ਪਹਿਲਾਂ ਸੋ ਕੈਂਸਲੇਸ਼ਨ ਚਾਰਜ ਲੱਗੂਗੇ 2 ਮਹੀਨੇ ਦੀ ਫੀਸ ਮੈਂ ਕਿਹਾ ਯਾਰ ਕਿ ਮੇਰੀ ਤਾਂ ਇਹਦੇ 'ਚ ਕੋਈ ਗਲਤੀ ਹੈ ਹੀ ਨਹੀਂ ਮੈਂ ਤਾਂ ਕਦੇ ਦੱਸਿਆ ਨਹੀਂ ਮੇਰੀ ਅੱਜ ਕਿੰਨੀ ਹੈ ਮੈਂ ਤੁਹਾਨੂੰ ਆਪਣੇ ਡਾਕੂਮੈਂਟਸ ਭੇਜੇ ਗੱਡੀ ਦੇ ਐਂਡ ਮੇਰੇ ਤਾਂ ਤੁਸੀਂ ਵੈਰੀਫਾਈ ਕਰਨਾ ਸੀ ਤੁਸੀਂ ਮੈਨੂੰ ਕੋਡ ਦੇ ਤਾ 30 ਸਮਝ ਕੇ ਜਿੱਦਾਂ ਵੀ ਪਹਿਲੀ ਗੱਲ ਮੇਰੀ ਆਵਾਜ਼ ਸੁਣ ਕੇ ਤੁਹਾਨੂੰ ਲੱਗ ਰਿਹਾ ਸੀ 30 ਦੀ ਏਜ ਆ ਮੇਰੀ ਸੋ ਜਿੱਦਾਂ ਵੀ ਹੈਗਾ ਅਤੇ ਉਹਨਾਂ ਨੇ ਮੈਨੂੰ ਇਸ ਡਿਸੀਜਨ 'ਤੇ ਖੜਾ ਕਰਤਾ ਕਿ ਯੂ ਆਰ ਲਾਇਬਲ ਟੂ ਪੇ ਸਮਥਿੰਗ ਮਤਲਬ ਐਟ ਦ ਐਂਡ ਉਸ ਬੰਦੇ ਨੇ ਐਟ ਅ ਟਾਈਮ ਉਸ ਫੋਨ 'ਤੇ ਕਿ ਤੁਹਾਨੂੰ ਐਟਲੀਸਟ $800 ਕੁਛ ਪੇ ਕਰਨਾ ਪੈਣਾ ਸੋ ਮੈਂ ਫੋਨ ਕੱਟਿਆ ਐਂਡ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਕਿੱਥੋਂ ਮੈਂ ਇਹ ਚੀਜ਼ ਨੂੰ ਐਸਕਲੇਟ ਕਰਾਂ ਕਿਉਂਕਿ ਉਸ ਇੰਸ਼ੋਰੈਂਸ ਏਜੰਟ ਦੀ ਗਲਤੀ ਸੀ ਇਟ ਵਾਜ਼ ਨੋਟ ਮਾਈ ਪ੍ਰੋਬਲਮ ਠੀਕ ਹੈ ਜੀ ਬਟ ਮੈਨੂੰ ਕਿਉਂ ਲਾਇਬਲ ਬਣਾਇਆ ਜਾ ਰਿਹਾ ਇੱਥੇ ਸੋ ਮੈਂ ਨੰਬਰ ਕੱਢੇ ਉਸ ਸੋ ਤੁਹਾਨੂੰ ਪਤਾ ਹੋਊਗਾ ਅਗਰ ਕਿ ਜਿਵੇਂ ਡਚਾਰਡੇ ਨਾਲ ਇੰਸ਼ੋਰੈਂਸ ਕੰਪਨੀ ਆ ਰਾਈਟ ਹੁਣ ਉਹਨਾਂ ਦੀ ਹਰ ਇੱਕ ਜਗ੍ਹਾ 'ਤੇ ਛੋਟੀ ਛੋਟੀ ਫਰੈਂਚਾਈਜ਼ੀਆਂ ਸਮਝ ਲਓ ਹੁੰਦੀਆਂ ਆ ਉਹਦੇ ਵਿੱਚ ਅਲੱਗ ਅਲੱਗ ਇੰਸ਼ੋਰੈਂਸ ਏਜੰਟਸ ਬੈਠੇ ਹੁੰਦੇ ਆ ਯਾਨੀ ਕਿ ਹੋ ਸਕਦਾ ਕਿ ਉਹ ਪ੍ਰਾਈਵੇਟਲੀ ਓਨਡ ਫਰੈਂਚਾਈਜ਼ੀ ਹੋਵੇ ਐਂਡ ਉਹਦੇ ਵਿੱਚ ਇੰਸ਼ੋਰੈਂਸ ਏਜੰਟ ਹੋਵੇ ਸਨ ਯਾਨੀ ਕਿ ਮੈਂ ਡਾਇਰੈਕਟ ਡਚਾਰਡੇ ਦੇ ਹੈੱਡਕੁਆਟਰ ਨਹੀਂ ਫੋਨ ਲਗਾਉਣਾ ਸੋ ਮੈਂ ਉਸੇ ਕੰਪਨੀ ਨਾਲ ਗੱਲ ਕਰਨੀ ਜਿਨ੍ਹਾਂ ਨੇ ਮੈਨੂੰ ਦਿੱਤੀ ਸੀ ਜਿੱਥੋਂ ਮੈਨੂੰ ਇੰਸ਼ੋਰੈਂਸ ਮਿਲੀ ਸੀਗੀ ਸੋ ਮੈਂ ਉੱਥੇ ਦੇ ਹਰ ਇੱਕ ਕੰਟੈਕਟ ਕੱਢੇ ਐਂਡ ਕਰਦੇ ਕਰਾਉਂਦੇ ਮੈਨੂੰ ਇੱਕ ਨੰਬਰ ਮਿਲਿਆ ਮੈਂ 15-20 ਮਿੰਟ ਫੋਨ 'ਤੇ ਗੱਲ ਕੀਤੀ ਐਂਡ ਮੈਂ ਉਹਨਾਂ ਨੂੰ ਇਹੀ ਸਮਝਾ ਰਿਹਾ ਸੀ ਮੈਂ ਕਿਹਾ ਯਾਰ ਕਿ ਅਗਰ ਇਹ ਇੰਸ਼ੋਰੈਂਸ ਕੋਟ ਗਲਤ ਦੇ ਦਿੱਤਾ ਗਿਆ ਇੰਸ਼ੋਰੈਂਸ ਪੋਲਿਸੀ ਠੀਕ ਹੈ ਸੋ ਯਾਨੀ ਕਿ ਜਿਹੜੇ ਉਹ 3 ਦਿਨ ਸੀਗਾ ਉਸ 3 ਦਿਨ ਦੇ ਦੌਰਾਨ ਮੇਰੀ ਗੱਡੀ ਨੂੰ ਅੱਗ ਲੱਗ ਜਾਂਦੀ ਤੁਸੀਂ ਮੈਨੂੰ ਥੋੜ੍ਹੀ ਕੁਛ ਦੇਣਾ ਸੀਗਾ ਕਿਉਂਕਿ ਮੇਰੀ ਏਜ ਤਾਂ 30 ਤੁਸੀਂ ਤਾਂ ਬੜੇ ਆਰਾਮ ਨਾਲ ਇੰਸ਼ੋਰੈਂਸ ਕਲੇਮ ਰਿਜੈਕਟ ਕਰਨਾ ਸੀਗਾ ਅਤੇ ਹੁਣ ਜੇ ਉਹ ਉਸ ਦੌਰਾਨ ਪਹਿਲੀ ਗੱਲ ਉਹ ਗਲਤੀ ਮੇਰੀ ਨਹੀਂ ਸੀ ਕਿਸੇ ਹੋਰ ਦੀ ਸੀ ਠੀਕ ਹੈ ਤੁਹਾਡੇ ਬੰਦੇ ਦੀ ਐਂਡ ਹੁਣ ਉਹਦੇ ਦੌਰਾਨ ਮੈਨੂੰ ਕਿਉਂ ਪੈਸੇ ਭਰਨੇ ਪੈ ਰਹੇ ਆ ਸੋ 800 ਕਰਦੇ ਸੀਗੇ
ਸੋ ਕਰਦੇ ਕਰਾਉਂਦੇ ਕਿਸੇ ਹਿਸਾਬ ਨਾਲ ਮੈਂ ਉਹਨਾਂ ਨੂੰ ਪੁਸ਼ ਕੀਤਾ। ਉਸ ਟਾਈਮ 'ਤੇ ਮੇਰੇ ਜ਼ਿਆਦਾ ਕਨੈਕਸ਼ਨਸ ਨਹੀਂ ਸੀਗੇ, ਮੈਨੂੰ ਜ਼ਿਆਦਾ ਨੌਲੇਜ ਨਹੀਂ ਸੀ, ਸੋ ਮੈਂ ਜਿੰਨਾ ਕਰ ਸਕਦਾ ਸੀ ਮੈਂ ਕੀਤਾ। ਐਂਡ ਉਹਨਾਂ ਨੇ ਮੈਨੂੰ ਕਿਹਾ ਤੁਸੀਂ 3 ਦਿਨ ਜਿਹੜੇ ਇਨ ਸ਼ੋਰਟ ਸੀਗੇ ਉਹਦੇ ਪੈਸੇ ਪੇ ਕਰ ਦਿਉ ਐਂਡ ਦੈਟਸ ਇਟ। ਐਂਡ ਉਹਦਾ ਵੀ ਸਟਿਲ ਮੈਨੂੰ $100 ਆਈ ਥਿੰਕ ਚਾਰਜ ਕਰ ਲਿਆ ਸੀਗਾ, ਜਾਂ ਮੇ ਬੀ $80 ਇੰਨਾ ਕੁਛ, ਬਟ 800 to 80 ਦੇ ਤਾਂ ਮੈਨੂੰ ਰਿਲੀਫ ਜ਼ਰੂਰ ਮਿਲਿਆ ਸੀਗਾ। ਬਟ ਹਾਂ, ਮੈਂ ਇੱਕ ਚੀਜ਼ ਦੇਖ ਲਈ ਸੀਗੀ ਕਿ ਤੁਹਾਨੂੰ ਆਲਵੇਜ਼ ਬੀ ਅਵੇਅਰ, ਮੈਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਰਾਈਟਸ ਕੀ ਆ। ਮੈਨੂੰ ਉਸ ਵੇਲੇ ਬਿਲਕੁਲ ਨਹੀਂ ਪਤਾ ਸੀਗਾ, ਮੈਨੂੰ ਤਾਂ ਇੱਦਾਂ ਲੱਗਿਆ ਉਹਨਾਂ ਨੇ 800 ਮੰਗ ਲਿਆ, ਉਹਨਾਂ ਨੂੰ ਦੇਣਾ ਪੈਣਾ ਮੈਨੂੰ, ਬਸ ਇਹ ਕੋਸ਼ਿਸ਼ ਸੀ ਕਿ ਮੈਂ 800 ਨਹੀਂ ਦੇਣਾ, ਕਿਸੇ ਹਿਸਾਬ ਨਾਲ ਕਰੀ ਚਲੋ। ਬਟ ਉਸ ਵੇਲੇ ਮੈਨੂੰ ਇੰਨੇ ਸਾਰੇ ਸਮਝਦਾਰ ਲੋਕ ਇੱਥੇ ਕਾਫੀ ਟਾਈਮ ਤੋਂ ਜਿਹੜੇ ਬੰਦੇ ਰਹਿ ਰਹੇ ਹੁਣ, ਉੱਦਾਂ ਦੇ ਕਨੈਕਸ਼ਨ ਮੇਰੇ ਨਹੀਂ ਸੀਗੇ, ਸਾਰੇ ਆਪਾਂ ਯੰਗ ਮੁੰਡੇ ਮੁੰਡੇ ਸੀਗੇ ਕਾਲਜ ਵਾਲੇ। ਸੋ ਮੈਨੂੰ ਜ਼ਿਆਦਾ ਵਧੀਆ ਸਲਾਹ ਨਹੀਂ ਸੀਗੀ ਉਸ ਵੇਲੇ ਮੇਰੇ ਕੋਲ। ਸੋ ਮੇਰੇ ਕੋਲ ਜੋ ਸੀ ਉਸ ਹਿਸਾਬ ਨਾਲ ਸਿਚੁਏਸ਼ਨ ਨੂੰ ਐਸਕਲੇਟ ਕੀਤਾ ਐਂਡ ਉਸ ਹਿਸਾਬ ਨਾਲ ਸਿਚੁਏਸ਼ਨ ਨੂੰ ਰਿਜ਼ੋਲਵ ਕੀਤਾ। ਹਾਲਾਂਕਿ ਉੱਥੇ ਆਪਾਂ ਕਰ ਸਕਦੇ ਸੀਗੇ, ਮੇ ਬੀ ਆਪਾਂ ਕੋਰਟ ਕੇਸ ਫਾਈਲ ਕਰ ਸਕਦੇ ਸੀਗੇ ਕਿ ਗਲਤੀ ਤੁਹਾਡੇ ਬੰਦੇ ਦੀ ਆ ਐਂਡ ਇਹ ਸਿਚੁਏਸ਼ਨ ਹੋ ਸਕਦੀ ਸੀਗੀ ਐਂਡ ਸਟਿਲ ਆਈ ਐਮ ਲਾਇਬਲ ਟੂ ਪੇ ਫੋਰ ਇਟ, ਰਾਈਟ। ਸੋ ਇਹ ਚੀਜ਼ਾਂ ਹੋ ਸਕਦੀਆਂ ਸੀਗੀਆਂ, ਬਟ ਹਾਂ ਮੈਂ ਸੋਚਿਆ ਕਿ ਤੁਹਾਡਾ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਕਿ ਨੈਕਸਟ ਟਾਈਮ ਤੁਸੀਂ, ਪਹਿਲੀ ਗੱਲ ਤਾਂ ਹਰ ਇੱਕ ਚੀਜ਼ ਡਬਲ ਚੈੱਕ ਕਰੋ ਐਂਡ ਅਗਰ ਤੁਸੀਂ ਜਿਸ ਸਿਚੁਏਸ਼ਨ ਦੇ ਵਿੱਚ ਪਹੁੰਚਦੇ ਹੋ ਆਲਵੇਜ਼ ਰੀਚ ਆਊਟ ਫੋਰ ਹੈਲਪ, ਠੀਕ ਹੈ ਜੀ। ਤੁਹਾਨੂੰ ਆਨਲਾਈਨ ਇੱਦਾਂ ਦੇ ਗਵਰਨਮੈਂਟ ਸਾਈਟਸ ਜਾਂ ਫਿਰ ਕੁਛ ਨਾ ਕੁਛ ਤਾਂ ਮਿਲ ਹੀ ਜਾਏਗਾ ਜਿਹੜਾ ਤੁਹਾਨੂੰ ਹੈਲਪ ਕਰ ਦੇਵੇ, ਨਹੀਂ ਤਾਂ ਆਪਣੇ ਆਸ ਪਾਸ ਪੁੱਛੋ ਜਿਹੜੇ ਤੁਹਾਡੇ ਤੋਂ ਪਹਿਲਾਂ ਦੇ ਰਹਿੰਦੇ ਇੱਥੇ ਬੰਦੇ, ਤੁਹਾਡੇ ਤੋਂ ਵੱਧ ਉਮਰ ਜਾਂ ਸਮਝਦਾਰ ਨੇ, ਉਹਨਾਂ ਤੋਂ ਹੈਲਪ ਲਵੋ ਤਾਂ ਕਿ ਤੁਸੀਂ ਇਸ ਸਿਚੁਏਸ਼ਨ ਦੀ ਟੈਂਸ ਨਾ ਹੋ, ਕਿਉਂਕਿ ਇੱਥੇ ਤੁਹਾਡਾ ਫੋਲਟ ਨਹੀਂ ਹੈਗਾ। ਸੋ ਯਾ, ਇਹ ਸੀਗੀ ਮੇਰੀ ਇੱਕ ਵੀਡੀਓ ਜਿਹਦੀ ਮੈਂ ਸੋਚਿਆ ਤੁਹਾਡਾ ਐਕਸਪੀਰੀਅੰਸ ਸ਼ੇਅਰ ਕਰਾਂ ਆਪਣਾ। ਆਈ ਹੋਪ ਕਿ ਇਹ ਐਕਸਪੀਰੀਅੰਸ ਤੁਹਾਡੇ ਲਈ ਵੈਲਿਊਏਬਲ ਰਿਹਾ ਹੋਵੇਗਾ ਐਂਡ ਅੱਗੇ ਤੁਹਾਨੂੰ ਇੱਦਾਂ ਦੀ ਹੋਪਫੁਲੀ ਸਿਚੁਏਸ਼ਨ ਇਨਕਾਊਂਟਰ ਨਾ ਕਰਨੀ ਪਵੇ। ਸੋ ਕਰ ਦਿੰਦੇ ਵੀਡੀਓ ਇੱਥੇ ਹੀ ਐਂਡ, ਐਂਡ ਮਿਲਦੇ ਫਿਰ ਆਪਾਂ ਅੱਗੇ ਕਿਸੇ ਵੀਡੀਓ ਦੇ ਵਿੱਚ। ਤਦ ਤੱਕ ਚੰਗਾ।